ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪੰਜ ਬਿਹੜਾ ਦਿਖਾਉਣੇ ਪਏ ਆ ਮਾਝੇ ਦੀਓ ਜੱਬਾ ਵੀਡੀਓ ਕਵਰ ਕਰਦੇ ਪਏ ਆ ਇਹ ਵਿਕਰੀਆਂ ਨੇ ਵੀਰ ਦਾ ਵਪਾਰ ਦਾ ਕੰਮ ਆ ਸੋ ਅੱਗੇ ਰੇਟ ਤੇ ਡਿਟੇਲ ਬਾਰੇ ਕੱਲੀ ਕੱਲੀ ਵਾਰੀ ਆਪਾਂ ਜਾਣਕਾਰੀ ਲੈ ਕੇ ਜਾਵਾਂਗੇ ਸੋ ਕਰਦੇ ਆ ਵੀਡੀਓ ਸਟਾਰ ਹਾਂਜੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਭਾਈ ਜੀ ਹਾਂਜੀ ਭਾਈ ਜੀ ਨਾਮ ਐਡਰੈਸ ਬੋਲਿਓ ਜੀ ਆਪਣਾ ਪਿੰਡ ਘਰੇਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਆ ਹਰੀਕੇਆਂ ਤੋਂ ਕਿੰਨੀ ਦੂਰ ਪੈ ਗਿਆ ਪਿੰਡ ਆਪਣਾ ਇਹ ਆਪਣਾ 12 ਕਿਲੋਮੀਟਰ ਪਿੰਡ ਹਰੀਕੇ ਆਪਣੇ ਦਰਿਆ ਤੋਂ ਦਰਿਆ ਤੋਂ 12 ਕਿਲੋਮੀਟਰ ਤੇ ਨੰਬਰ ਬੋਲਿਓ ਭਾਈ ਜੀ ਆਪਣਾ 76960 98848 76960 98848 98 ਨੰਬਰ ਰੋਲਾ ਦਿਓ 848 98771 848488 98771 848488 84 84 8 ਹਾਂਜੀ ਵਪਾਰ ਦਾ ਕੰਮ ਹੈ ਆਪਣਾ ਹਾਂਜੀ ਕਿੰਨੇ ਨਗ ਆਉਂਦੇ ਰਹਿੰਦੇ ਪੰਜ ਸੱਤ ਆਪਣੇ ਕੋਲੇ ਹਾਂ ਕਿੰਨੇ ਤੋਂ ਵੱਜੇ ਹੁੰਦੇ ਪੰਜ ਸੱਤ ਠੀਕ ਆ ਬਿਹੜਾ ਜਿਆਦਾ ਆਉਂਦੇ ਰਹਿੰਦੇ ਆਪਣੇ ਕੋਲ ਠੀਕ ਹੈ ਇੱਕ ਦੋ ਸੂਏ ਗੁੰਡੇ ਤਾਂ ਠੀਕ ਹੈ ਅੱਜ ਆਪਾਂ ਦਿਖਾਉਣੇ ਪਏ ਆਂਗੇ ਪੰਜ ਨਗ ਤੇ ਜਿਹੜੇ ਪਹਿਲੇ ਨੰਬਰ ਤੇ ਆਪਾਂ ਬੱਚੀ ਤੋਂ ਸਟਾਰਟ ਕਰੀਏ ਜੀ ਇਹ ਚਾਰ ਦੰਦ ਹੁੰਦਾ ਇਹ ਠੀਕ ਹੈ ਤੈਨੂੰ 8 ਦਿਨ ਹੋ ਗਏ ਸੂਈ ਨੂੰ 14 ਲੀਟਰ ਦੇ ਕੰਡ ਤੋਲ ਨੂੰ ਬੋਲੋ 14 ਲੀਟਰ ਜਮਾ ਹਾਜਰਾ ਹੀ ਹਾਜਰਾ ਜੀ ਤੇ ਬੱਚਾ ਇਹਦਾ ਹੈਗਾ ਜੀ ਹਾਂਜੀ ਬੱਚਾ ਉਹ ਉੱਥੇ ਬੱਜਾ ਵਛਾ ਠੀਕ ਹੈ ਬੱਚੇ ਅੰਦਰ ਆ ਗਏ ਅੰਦਰ ਤੇ ਦਿਖਾ ਦਾਂਗੇ ਤੇ ਇਹਦਾ ਭਾਵ ਯਾਰ ਆਪਾਂ ਕੀ ਕਰਦੇ ਜਮਾ ਜੈਨੂਅਰ ਰੁਪਏ ਮੰਗ ਰਿਹਾ ਬਿਲਕੁਲ 44000 ਦੇ ਬੱਚਦੇ ਹਾਂਜੀ 44000 ਦੀ ਕਿੰਨਾ ਦੋ ਚਵਾ ਕੇ ਦੇਵਾਂਗੇ ਸਹੀ 14 ਲੀਟਰ 7 ਇਟ ਡੰਗ ਦਾ ਤੋੜ ਦਿਓ ਬਾਹਰ ਨੂੰ ਸੁਰ ਪਹਿਲੇ ਨੰਬਰ ਤੇ 44000 ਦਾ ਭਾਅ 14 ਲੀਟਰ ਦੋ ਤੇ ਜਮਾ ਹਾਜਰਾ ਕੁਝ ਕੁ ਦਿਨ ਹੋ ਗਏ ਨੂੰ ਸੂਈ ਨੂੰ ਥਣਲੇਵਾ ਦੇ ਤੇ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ 11 ਵਜੇ ਦੇ ਲਗਭਗ ਦਾ ਟਾਈਮ ਹੋ ਸਾਬ ਤੇ ਗੈਸ ਕਰ ਲਿਓ ਕਿਉਂਕਿ ਲਗਭਗ ਆਪਣੇ 6 ਵਜੇ ਚਵਾਈ ਘਰਾਂ ਚ ਹੋ ਜਾਂਦੀ ਹੁੰਦੀ ਹੈ ਉਸ ਹਿਸਾਬ ਨਾਲ ਗੈਸ ਕਰ ਸਕਦੇ ਹਾਂ ਤੇ ਰੇਟ ਵੀ ਇਹਨੇ ਬਿਲਕੁਲ ਜੈਨੂਇਨ ਮੰਗਿਆ ਫालतू ਪੈਸਾ ਮੰਗਿਆ ਕੋਈ ਨਹੀਂ ਤੇ ਬਾਕੀ ਥੱਲੋ ਦੇਖੋ ਹਵਾਨਾ ਇਹਦਾ ਬਹੁਤ ਖੁੱਲਾ ਤੇ ਸੋਹਣਾ ਸਾਫ ਸੁਥਰਾ ਹਵਾਨਾ ਤੇ ਬਾਈ ਨਿਆਣਾ ਵਗੈਰਾ ਪਾਉਣਾ ਪੈਂਦਾ ਫਿਰ ਇਹਦੇ ਨਾ ਜੀ ਉੱਧਰ ਚੋਈ ਦੀ ਠੀਕ ਹੈ ਛੰਡੀ ਵਗੈਰਾ ਪੂਰੀ ਫੁੱਲ ਸੁਵਰਾ ਦੇਸ ਔਰ ਠੰਡੀ ਵਗੈਰਾ ਪੂਰੀ ਫੁੱਲਾ ਤੇ ਬਾਕੀ ਥਣਾ ਦੀ ਬਹੁਤ ਜਿਆਦੇ ਸਾਫ ਸੁਥਰਾ 44000 ਪਹਿਲੇ ਨ ਠੀਕ ਹੈ ਚੋਾਈ ਵਗੈਰਾ ਪੂਰੀ ਓਕੇ ਆ ਅੱਗੇ ਦੂਜੇ ਨੰਬਰ ਆਪਾਂ ਇਹਦੀ ਸਾਹੀਵਾਲ ਦੇਖਦੇ ਪਏ ਜੀ ਇਹਦਾ ਕੀ ਬਾਇਓ ਡਾਟਾ ਜੀ ਇਹਦਾ 11 ਲੀਟਰ 12 ਬੋਲਾ ਤਿਆਰ ਹੈ ਤੇ 6 ਲੀਟਰ ਡੰਗ ਦਾ ਹਾਜ਼ਰ ਆ ਜੀ ਹਾਜ਼ਰ ਹੈ ਜੀ ਕੰਡੇ ਤੋਂ ਤੋਲ ਕੇ ਦਵਾਂਗੇ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਅੱਜ 5ਵਾਂ 6ਵਾਂ ਦਿਨ ਹੈ ਇਹਨੂੰ 5ਵਾਂ 6ਵਾਂ ਦਿਨ ਹੋ ਗਿਆ ਸੂਈ 20 ਲੀਟਰ ਆਉਂਦੇ ਜੀ ਠੀਕ ਹੈ ਤੇ ਜੇਰ ਵਗੈਰਾ ਜਮਾ ਸਹੀ ਪਈ ਵੀ ਸਾਰਾ ਕੁਝ ਓਕੇ ਦਾ 12 ਲੀਟਰ ਦੁੱਧ ਜਮਾ ਹਾਜ਼ਰ ਆ ਜੀ ਨਟ 16 ਲੀਟਰ ਦੀ ਗਾਰੰਟੀ ਇਹਦੀ ਸੋਭਰ 16 ਲੀਟਰ ਦੁੱਧ ਦੀ ਵੀਰ ਕਹਿੰਦਾ ਗਾਰੰ ਤੀਜੇ ਸੂਏ 12 ਲੀਟਰ ਦੁੱਧ ਇਸ ਵਕਤ ਇਹ ਥੱਲੇ ਹਾਜ਼ਰ ਆ ਤਾਂ ਤਕਰੀਬਨ 100 ਲੀਟਰ ਨੇ ਆ ਰਾਮਣਾ ਦੇ ਦੇਣਾ ਬਾਕੀ ਠੰਡੀ ਵਗੈਰਾ ਪੂਰੀ ਫੁੱਲਾ ਹਵਾਨਾ ਪੂਰਾ ਤਕੜਾ ਸੋਹਣਾ ਜੋਸ਼ ਵਾਲਾ ਦਿਖਾਉਂਦੀ ਪਈ ਆ ਪੂਰੇ ਕੱਦ ਕਾੜ ਦੇ ਵਿੱਚ ਕੋਈ ਇਹ ਨਹੀਂ ਲੱਸੀ ਨਾ ਵੀ ਨਿੱਕੀ ਨਾ ਵੀ ਨਹੀਂ ਕਿਸੇ ਪਾਸਿਓ ਸੋ ਥੱਲੇ ਥਣ ਵਗੈਰਾ ਦੇਖੋ ਤੇ ਫੈਟ ਵਗੈਰਾ ਵੀ ਚੰਗੀ ਇਹ ਪਾਉਂਦੀ ਪਈ ਆ ਠੀਕ ਹੈ ਸੋ ਜੇਕਰ ਆਪਾਂ ਦੇਖੀਏ ਮੱਝ ਨਾਲ ਕੰਪੇਅਰ ਕਰੀਏ ਤੇ ਮੱਝ ਵਰਗਾ ਦੁੱਧ ਹੋਊ ਜਮੇ ਦਾ ਸਾਈਵਾਲ ਦਾ 12 ਲੀਟਰ ਹਾਜ਼ਰ ਤੇ ਇਹਦਾ ਭਾਅ ਆਪਾਂ ਜੈਨੂਨ ਕੀ ਰੱਖਿਆ ਜੀ ਜੈਨੂਨ 560 ਤੇ ਦੋ ਦੋ 16 ਲੀਟਰ ਦੀ ਅਮੀ ਦੇਸ ਤੋਂ ਹੈਗੀ ਆ ਜਮ 16 ਦਾ 17 ਜੀ ਇੱਥੇ ਰਹਿ ਗਿਆ ਹੁਤਾ ਚਵਾ ਕੇ ਦਵਾਂਗੇ ਠੀਕ ਐ ਸੂਰ ਹਾਫ ਤਾਂ ਰਹਿ ਗਈ ਤਾਂ ਮੈਂ ਕਿਹਾ ਚਵਾ ਕੇ ਵੀ ਦੇ ਦਾਂਗੇ ਬੈੜ ਬਹੁਤ ਸੁਨੱਖੀ ਆ ਤੇ ਕੋਈ ਬੜਾ ਜਿਆਦਾ ਮੇਕਅਪ ਨਹੀਂ ਕਰਾਇਆ ਬ ਇਹਨਾਂ ਤੇ ਤੇ ਜੇ ਨਵਾਂ ਜਾਂ ਤਮ ਕਹਿੰਦੇ ਚਮਕਦੀਆਂ ਹੋਰ ਗੱਲਬਾਤ ਬਣ ਜਾਨੀ ਸੀ ਇਹਨਾਂ ਦੀ ਤੇ ਅੱਗੇ ਤੀਜੇ ਨੰਬਰ ਵਾਲੀ ਜਿਹੜੀ ਇਹ ਚਾਰ ਦੰਦ ਤਾਂ ਪਹਿਲੇ ਸੂਏ 'ਚ ਬੱਛੀ ਚਾਰ ਦੰਦ ਪਹਿਲੇ ਸੂਏ 'ਚ ਬੱਛੀ ਕਿੰਨੇ ਦਿਨ ਲੈਂਦੀ ਹੈ ਜੀ ਇਹ 18 ਤੋਂ 19 ਦਿਨ ਲੈਂਦੀ ਜੀ 18 ਤੋਂ 19 ਦਿਨ ਲੈਂਦੀ ਪਈ ਆ ਪੂਰੇ ਸਟਿਚ ਰੈਡਰ ਦੀ ਸਾਫ ਸੁਥ ਆ ਲੇਵਾ ਵਗੈਰਾ ਦੇਖ ਸਕਦੇ ਸੋਹਣਾ ਸਾਫ ਸੁਥਰਾ ਤੇ ਬਾਕੀ ਬੈੜ ਪੂਰੇ ਕੱਦ ਕਾੜ ਦੇ ਵਿੱਚ ਹੈਗੀ ਪਹਿਲਾ ਸੂਆ ਪਲੂਣ ਸੂਣੀਆ ਦਿਨ ਕੁਝ ਕੁ ਬਾਕੀ ਆ ਕੱਦ ਕਾਠ ਵੀ ਚੰਗਾ ਸਮੀ ਪਲੀ ਰਾਜੀ ਵਗੈਰਾ ਬਹੁਤ ਜਿਆਦੀ ਆ ਤੇ ਕਿੰਨਾ ਕੁ ਦੁੱਧ ਪਾ ਦੋ ਜੀ ਵੱਧ ਤੋਂ ਵੱਧ ਦੁੱਧ ਤੇ ਪਹਿਲੇ ਸੂਏ 17 18 ਲੀਟਰ ਕੱਢੂ 17 18 ਲੀਟਰ ਦੁੱਧ ਦੇ ਨੇ ਆਰਾਮ ਨਾਲ ਪਾ ਦੇਣਾ ਤੇ ਇਹਦਾ ਮੁੱਲ ਆਪਾਂ ਕੀ ਰੱਖਿਆ ਜੀ ਇਹ 54000 ਦੀ ਬੱਛੀ ਦਵਾਂਗੇ 54000 ਦੀ ਬੱਛੀ 17 18 ਕਿਲੋ ਦੁੱਧੜੀ ਚਾਰ ਦੰਦ ਹੋਣਦੇ ਹੀ ਠੀਕ ਹੈ ਥਣ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੀਜੇ ਨੰਬਰ ਤੇ ਲੈ ਜਾਣ ਰਾਵਣ ਕਈ ਦਿਨ ਨੇ ਅੱਗੇ ਜੀ ਚੌਥਾ ਨੰਬਰ ਦੇਖਦੇ ਪਏ ਜਿਹੜੀ ਆਪਾਂ ਇਹ ਦੁੱਧੇ ਸੂਏ ਸੋਨਾਵਾਂ ਪਹਿਲੇ ਸੂਏ ਨੂੰ 21 ਤੋਂ 22 ਲੀਟਰ ਦੁੱਧ ਦਿੱਤਾ 21 ਤੋਂ 22 ਲੀਟਰ 20 ਤੋਂ ਬਾਹਰ ਚਲੀ ਆ ਪਹਿਲੇ ਸੂਏ ਤੋਂ ਬਾਅਦ 25 26 ਲੀਟਰ ਦੋਗੇ ਅਰ ਜੀ ਦਿਨ ਸਹੀ ਕਿੰਨੇ ਲੈ ਜੀ ਇਹਨੂੰ ਯੂਐਸਏ ਦਾ ਸਲੋ ਮੈਨ ਲੱਗਾ ਜੀ ਯੂਐਸਏ ਦਾ ਸਲੋ ਮੈਨ ਸੀਮਨ ਲੱਗਿਆ ਤੇ ਦਿਨ ਕਿੰਨੇ ਪਾ ਦੋਗੇ ਜੀ ਇਹ ਜੇ ਦਿਨ ਇਹ ਹਫਤਾ 8 ਦਿਨ ਪੂਰੇ ਤਰੀਕ ਦੇ ਹਸਣ ਰਹਿੰਦੇ ਦੋ ਦਿਨ ਉੱਤੇ ਲੈ ਜੀ ਠੀਕ ਹੈ ਦੋ ਗੱਲ ਵੱਖਰੀ ਤੇ ਥਣ ਵਗੈਰਾ ਸੈਜ ਦੇਖ ਸਕਦੇ ਬਹੁਤ ਸੋਹਣਾ ਸਾਫ ਸੁਥਰਾ ਪੂਰੇ ਪੀੜੀਆ ਪਾਵੇ ਟਾਈਪ ਥਣ ਲੱਗੇ ਹੋਇਆ ਤੇ ਮੋਲ ਆਪਾਂ ਪੁੱਛੇ ਤਾਂ ਹੀ ਦੇਣ ਲੈਣ ਜਰਾ ਜਿਹਦਾ ਅਸਲੋਂ ਜਿਹੜਾ ਲਾਸਟ ਲੈਣ ਦੇ 58000 ਰੁਪਏ ਦੇ ਬਚੀ ਦੇ ਦਾਂਗੇ 58000 ਦੀ ਤੋਰ ਦਵਾਰ ਨੂੰ ਸੋ ਵੀਰ 58000 ਦੀ 20 ਤੋਂ ਪਾਰ ਵਾਲੀ ਵਿਹੜਾ 23 24 ਲੀਟਰ ਤੱਕ ਦੋ ਤਾਂ ਖੁੱਲਾ ਪਾ ਦੋਗੀ ਕੱਦ ਕਾਠ ਦੇ ਵਿੱਚ ਆ ਜਾਣ ਦੇ ਵਿੱਚ ਆ ਤੇ ਰੇਟ ਵੀ ਵੀਰ ਨੇ ਬਿਲਕੁਲ ਚੁਗਾਈ ਵਾਲੀ ਬਹੁਤ ਵਧੀਆ ਤੇ ਠੀਕ ਹੈ ਹੱਥੀ ਚੁਗਾਈ ਜਿਹੜਾ ਥਣ ਲੱ ਪੂਰਾ ਗੈਪ ਤੇ ਸੋਹਣਾ ਤੇ ਦੂਸਰਾ ਸੂਆ ਸੁਣਦੀ ਪਈ ਆ ਰਾਜੀ ਪਲੀ ਵੀ ਬਹੁਤ ਜ਼ਿਆਦਾ ਕੱਦ ਕਠ ਦੇ ਵਿੱਚ ਹੈ ਬੜਾ ਇਹ ਨਹੀਂ ਗੱਲ ਕਿ ਛੋਟੀ ਹੈਗੇ ਦੇ ਪਾਸੋਂ ਹਾਈਟ ਵਗੈਰਾ ਵੀ ਚੰਗੀ ਹੈ ਠੀਕ ਹੈ ਸੋ ਬਹੁਤ ਚੰਗੀ ਦੂਸਰਾ ਸੂਆ ਸੁਣੀਆਂ ਇਸ ਚੌਥੇ ਨੰਬਰ ਤੇ ਬਹਿੜ ਆ ਗਈ ਇਹ ਦਿਨ ਕੁਝ ਨਹੀਂ ਹਜੇ ਪਾ ਜਾਣਾ ਸੂਣ ਦੇ ਵਿੱਚ ਬਾਲਟੇ ਲਾ ਹਵਾਨੇ ਦੇ ਵਿੱਚ ਬਹੁਤ ਪਈਆਂ ਤੇ ਬਾਕੀ ਪ੍ਰਿੰਟ ਵਗੈਰਾ ਵੀ ਦੇਖੀਏ ਬਹਿੜ ਦਾ ਬਹੁਤ ਚੰਗਾ ਹਾਂਜੀ ਭਾਈ ਪੰਜਵੇਂ ਨੰਬਰ ਦੇ ਦੇਖੀਏ ਨੇ ਬਹਿੜ ਆਪਾਂ ਜੀ ਸੂਆ ਸੋਹਣਾ ਪਹਿਲੇ ਸੂਏ ਨਿੱਕੀ 22 ਲੀਟਰ ਦੋ ਦਤਾ ਜੀ 21 ਵਾਈਲਟ ਦੋ ਤਾਂ ਪਹਿਲੇ ਸੂਏ ਨੇ ਦੇਤਾ ਅਜੇ 14 ਤੋਂ 15 ਦਿਨ ਨੇ ਤੇ ਪਏ ਆ 14 15 ਕ ਦਿਨ ਇਹਦੇ ਸੂਣ ਚ ਪੈਂਡਿੰਗ ਪਈ ਆਗੇ ਪੈਂਡਿੰਗ ਪਈ ਠੀਕ ਐ ਅੰਦਾਜ਼ਾ ਲਾਈ ਆਪਾਂ 23 24 ਤੱਕ ਜਾ ਸਕਦੀ ਐ ਵੀ ਨਾਰਮਲ ਸੇਵਾ ਤੇ ਇਹਨਾਂ ਤੋਂ ਦਊਗੀ ਠੀਕ ਐ ਸੋ ਬਰ ਬਾਕੀ ਹਾਇਰ ਦਾ ਅੰਦਾਜ਼ਾ ਲਾ ਸਕਦਾ ਬਾਈ ਦੀ ਹਾਈਟ ਵੀ ਬਹੁਤ ਜ਼ਿਆਦਾ ਬਾਕੀ ਉੱਚੀ ਲੰਬੀ ਵਹਾੜਾ ਪੂਰੀ ਜਮਾ ਥਾਣ ਵਗੈਰਾ ਦੇਖੋ ਸੋਹਣਾ ਪੂਰਾ ਸਾਫ ਸੁਥਰਾ ਫੇਸ ਕੁਆਲਿਟੀ ਬਹੁਤ ਚੰਗੀਆਂ ਲੱਗਸਾਂ ਥਾਣਾ ਦੇ ਵਿੱਥੀ ਵਗੈਰਾ ਬਹੁਤ ਚੰਗੇ ਆ ਤੇ ਇਹਦਾ ਭਾਅ ਆਪਾਂ ਕੀ ਰੱਖਿਆ ਬਾਈ ਜੀ ਰੇਟ ਜਿੰਨਾ ਮਰਜ਼ ਜਿਹੜੇ ਆ ਜਾਂਦਾ ਠੀਕ ਹੈ ਤੋੜ ਦੋ ਬਾਹਰ ਨੂੰ ਸੁਵਰਤ 63000 ਦੀ ਵੀਰ ਕਹਿੰਦੇ ਇਹ ਵੀ ਵਹਿੜ ਦੇ ਦਾਂਗੇ ਦੁੱਧ ਚੰਗਾ ਪਾ ਦੂ ਤੇ ਪੂਰੇ ਕੱਦ ਕਾਠ ਦੇ ਵਿੱਚ ਆ ਵਹਿੜ ਜਾਵਾਂ ਥਾਂਡੇਵੇਂ ਦੀ ਪੂਰੀ ਖੁੱਲੀ ਅਤੇ ਸਾਫ ਸੁਥਰੀ ਸੋ ਦੇਖੋ ਫੇਸ ਕੁਆਲਟੀ ਵਗੈਰਾ ਚੰਗੀ ਤੇ ਰਾਜੀ ਬਹੁਤ ਜਿਆਦਾ ਪਲੀਆਂਵੇਂ ਵੜਾ ਦਿਖਾਉਣੇ ਪਏ ਜਿਹੜੀਆਂ ਆਪਾਂ ਦਿਖਾਉਣੇ ਪਏ ਜਲਸੀਆਂ ਨੇ ਕਿਸੇ ਪਾਸੇ ਨਹੀਂ ਸੋ ਦੇਖੋ ਕੱਦ ਕਾਠ ਹਾਈਟ ਵਗੈਰਾ ਪੂਰੀ ਚੰਗੇ ਕੱਦ ਕਾਠ ਦੀ ਦੂਸਰਾ ਸੂਆ ਸੁਣੀਆ ਦੂਸਰੇ ਸੂਨ ਪਸ਼ੂ ਆਟੋਮੈਟਿਕਲੀ 5 ਤੋਂ 4 ਲੀਟਰ ਦੁੱਧ ਦੀ ਪੈਦਾਵਾਰ ਵਧਾ ਦਿੰਦਾ ਹੁੰਦਾ ਕੋਈ ਦੂਜੇ ਸੂਨ ਬ ਸੋ ਬਰਾ ਬੱਚੇ ਤੁਸੀਂ ਦੇਖਸਾ ਜਿਹੜਾ ਦੋ ਸੂਈਆਂ ਹੋਈਆਂ ਵੜਾ ਉਹਨਾਂ ਦੇ ਇਹ ਬੱਚੇ ਹੈਗੇ ਬਹੁਤ ਸਹੀ ਬਾਲਦਾ ਤੇ ਆ ਜਿਹੜਾ ਇਹ ਦਜਾ ਠੀਕ ਹੈ ਜਿਹੜੀ ਪਹਿਲੇ ਸੂਈ ਠੀਕ ਹੈ ਹਾਂਜੀ ਭਾਈ ਐਡਰੈਸ ਦੁਬਾਰਾ ਫੇਰ ਬੋਲ ਦੇਈ ਕਰਾ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਰੀਕਿਆਂ ਤੋਂ ਪੈ ਗਿਆ 8-10 ਕਿਲੋਮੀਟਰ ਦੂਰੀ 11 ਕਿਲੋਮੀਟਰ ਪੈਣਾ 11 ਕਿਲੋਮੀਟਰ ਤੇ ਕੋਈ ਵੀ ਰੇਮਕਨ ਰੋਡ ਤੇ ਜਿੱਥੇ ਪੱਟੀ ਮੋੜ ਤੋਂ ਉਹਦਾ ਖੇਮਕਨ ਰੋਡ ਤੇ ਜਪਿੰਡ ਠੀਕ ਹੈ ਜੀ ਪਿੰਡ ਦਾ ਨਾਮ ਕਰਿਆਲਾ ਕਰੇਆਲਾ ਵੀਰ ਪਿੰਡ ਦਾ ਨਾਮ ਆ ਤੇ ਕਿਹਨੇ ਆਉਂਦਾ ਤਾਂ ਫੇਰ ਧਕਾਣਾ ਪਿੰਡ ਪਹਿਲਾਂ ਨਾਲ ਹੀ ਬਹਿ ਜਾ ਤੇ ਨੰਬਰਦਾਰ ਫੇਰ ਬੋਲ ਜਾਈ 76960 988848 ਠੀਕ ਹੈ ਆਪਣੇ ਕੋਲ 5-7 گاਵਾ ਮਿਲਿਆ ਕਰਨਗੇ ਮਿਲਿਆ ਕਰਨਗੇ ਬਿਨ ਬਿਡੋ ਜਦੋਂ ਮਰਜੀ ਕੋਲ ਕਰ ਸਕਦਾ ਜਦੋਂ ਮਰਜੀ ਕਰ ਲੈ ਠੀਕ ਹੈ ਜੇਕਰ ਛੋਟ ਏਰੀਆ ਦੇ ਕਿਸੇ ਨੇ ਵੇਚਣੇ ਹੋ ਤਾਂ ਵੀ ਖਰੀਦਦਾਰੀ ਕਰਦੇ ਆ ਠੀਕ ਹੈ ਜੀ ਸੋ ਵੀਰੇ ਸੀਗਾ ਵੀਰ ਦਾ ਕੰਟੈਕਟ ਨੰਬਰ ਤੇ ਏਰੀਆ ਆਪਣਾ ਪੈ ਗਿਆ ਹਰੀ ਕਦੇ ਨਜ਼ਦੀਕ ਸੋ ਕਿਸੇ ਵੀ ਵੀਰ ਦੇ ਇਹਨਾਂ ਦੇ ਵਿੱਚੋਂ ਕੋਈ ਵੀ ਨਗ ਪਸੰਦ ਹੋਵੇ ਤੈਸੇ ਨੰਬਰ ਤੇ ਕੰਟੈਕਟ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ